रोलिंग एन एक्शन। अब रोलिंग एन एक्शन मतलब की मोचा सेट ने ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੂੰ ਹੁਣ ਇੱਦਾਂ ਵੀ ਨਾ ਸੀ, ਤੂੰ ਹੱਸਿਆ ਕਰ ਲਈ ਫਿਰ ਦੱਸ ਮੈਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਕਨੈਕਟ ਐਫ ਅਤੇ ਅੱਜ ਅਸੀਂ ਲੈ ਕੇ ਆਏ ਤੁਹਾਡੇ ਲਈ ਰਿਐਕਸ਼ਨ ਔਨ ਵੀਡੀਓ। ਇਹ ਰਿਐਕਸ਼ਨ ਵੀਡੀਓ ਔਨ ਦ ਸੌਂਗ ਕਿਹੜਾ ਹੈ ਗਾਣਾ, ਸੋਰੀ ਯਾਰ ਮੈਂ ਸਾਈਲੈਂਟ 'ਤੇ ਲਾਉਣਾ ਭੁੱਲ ਗਿਆ, ਘਰੋਂ ਆ ਬੇਬੇ ਦਾ ਫੋਨ ਹੈ। ਵੀਡੀਓ ਵੀ ਸੁੱਖ ਨੇ ਬਣਾਈ ਹੈ, ਅਸੀਂ ਕਹਿ ਸਕਦੇ ਹਾਂ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਕਨੈਕਟ ਐਫ ਐਮ ਦਾ ਯੂਟਿਊਬ ਚੈਨਲ। ਅੱਜ ਅਸੀਂ ਲੈ ਕੇ ਆਏ ਤੁਹਾਡੇ ਲਈ ਫਿਰ ਤੋਂ ਇੱਕ ਘੈਂਟ ਜੀ ਰਿਐਕਸ਼ਨ ਵੀਡੀਓ, ਅਤੇ ਅਸੀਂ ਕਰਨ ਜਾ ਰਹੇ ਹਾਂ ਰਿਐਕਸ਼ਨ ਨਵਾਂ ਗਾਣਾ ਖਾਣ ਭੈਣੀ ਵਾਲੇ ਦਾ। ਖਾਣ ਭੈਣੀ ਦਾ ਨਵਾਂ ਗਾਣਾ ਸੁਣ ਫਿਰ ਕਿਹੜਾ ਗਾਣਾ, ਸਿਰਾ ਗਾਣਾ, ਅਤੇ ਮੈਂ ਤਾਂ ਪਤਾ ਕਿੰਨੀ ਵਾਰ ਸੁਣ ਲਿਆ ਬਾਈ, ਕਹਿੰਦਾ ਸੁਣ ਫਿਰ, ਮੈਂ ਸੱਚੀ ਬਾਹਲੀ ਵਾਰ ਸੁਣ ਲਿਆ ਕੰਮ 'ਤੇ ਜਾਣਾ ਜਦੋਂ ਵੀ, ਇਹੀ ਹੁੰਦਾ। ਹਾਂ ਹਾਂ ਪੂਰੇ ਲਿਰਿਕਸ ਕੈਮ ਆ, ਮੈਂ ਵੀਡੀਓ ਨਹੀਂ ਦੇਖੀ ਅਜੇ, ਵੀਡੀਓ ਆਪਾਂ ਦੇਖਾਂਗੇ ਲਾਈਵ ਅਤੇ ਰਿਐਕਸ਼ਨ ਕਰਾਂਗੇ, ਅਤੇ ਆਡੀਓ ਸੁਣਿਆ ਮੈਂ ਜ਼ਿਆਦਾ। ਚਲੋ ਆ ਜਾਓ, ਆਵਾਜ਼ ਕਰ ਦੇਣੀ ਸੀ ਮਾੜੀ ਜੀ, ਪੂਰਾ ਐ ਸਟਾਈਲ ਜਿਹਾ ਨਾਲ ਹੁੰਦਾ ਦੇਖ। ਇਹਦੀ ਦੇਖ ਲੈ ਸਾਰੇ ਲਿਰਿਕਸ ਵੱਜਦੇ ਪਏ, ਮਤਲਬ ਕੋਈ ਇਹਦੀ ਕੋਈ ਹਾਂ ਕੋਈ ਹੁੱਕ ਲੈਣ ਨਹੀਂ, ਹੈ ਨਾ, ਮਤਲਬ ਹਾਂ ਪੂਰਾ ਰਿਲੇਟ ਸਾਰੀਆਂ ਚੀਜ਼ਾਂ ਰਿਲੇਟ ਕਰਦੀਆਂ, ਹੈ ਨਾ, ਕਿ ਕਹਿੰਦਾ ਵੀ ਏ ਤੱਕ ਪੜ੍ਹਿਆ ਨਹੀਂ ਫਿਰ ਗਿਆ ਪੜ੍ਹਿਆ ਨਹੀਂ, ਮਤਲਬ ਘੈਂਟ ਗੱਲ ਬਾਤ। ਪਲੱਸ ਟੂ ਤੱਕ ਪੜ੍ਹੇ ਜੇ, ਨਹੀਂ ਨਹੀਂ ਬੀ ਏ ਤੋਂ ਮਾਰਾ, ਹੁਣ ਤਾਂ ਹੋ ਗਿਆ ਜੀ ਲੰਗਾਰਾ ਆਲਮੋਸਟ ਡਨ ਆਪਣਾ, ਅਤੇ ਕਿਹੜੀਆਂ ਗੱਲਾਂ ਕਰੀ ਜਾਂਦਾ, ਬੀ ਏ ਬੀ ਏ ਤਾਂ ਕਰਦੀ ਛੱਡਤੀ ਆਪਾਂ, ਬੀ ਏ ਕਰਕੇ ਆਇਆ ਸੀ ਤੂੰ? ਬੀ ਏ ਨਹੀਂ ਕਰਕੇ ਆਇਆ ਵੀਰੇ, ਪਲੱਸ ਟੂ ਕਰਕੇ ਆਇਆ ਸੀ, ਅਤੇ ਲੰਗਾਰਾ 'ਚ ਗ੍ਰੈਜੂਏਸ਼ਨ ਹੋਣ ਲੱਗੀ ਮੇਰੀ। ਕਿਉਂ ਤੂੰ ਪਰਸਨਲੀ ਦੱਸਣ ਲੱਗਾ, ਆਪਾਂ ਗਾਣੇ 'ਤੇ ਰਿਐਕਸ਼ਨ ਕਰ ਰਹੇ ਹਾਂ, ਚੱਲ ਵਧਾਈਆਂ ਵਧਾਈਆਂ। ਸੋਹਣੀ ਬਣਾਈ ਆ ਵੀਡੀਓ ਯਾਰ, ਲਿਰਿਕਸ ਬਾਹਲੇ ਘੈਂਟ ਆ ਯਾਰ, ਸਾਰੇ ਇਕੱਲੇ ਇਕੱਲੇ ਲਿਰਿਕਸ ਨਾ, ਮਤਲਬ ਆਪਾਂ ਰਿਐਕਸ਼ਨ ਚੱਲ ਅਸੀਂ ਸੋਚਦੇ ਕੱਲ੍ਹ ਫਨ ਕਰਾਂਗੇ ਨਾ, ਬਟ ਜੈਨੂਇਨ ਜਿਹਾ ਰਿਐਕਸ਼ਨ ਵੀ ਜੈਨੂਇਨ ਜਿਹਾ ਆ ਰਿਹਾ ਨਾ, ਜਿੱਦਾਂ ਵੀ ਆ ਲਿਰਿਕਸ ਨੇ। ਹਾਂ ਦੇਖ ਹੁਣ ਉਹਨੇ ਆਪਦੇ ਜਿਹੜੇ ਨੌਕਰ ਨੁਕਰ ਰੱਖੇ ਉਹਨਾਂ ਨੂੰ ਵੀ ਖਵਾਇਆ। ਜੀ ਬੱਲੀਏ ਦਮ ਆਪਣੇ ਤੇ ਕੀਤਾ, ਸਾਡਾ ਤੇਜ਼ੀ ਨਾ ਪਿਆਰ ਹੈ ਵੀਰੇ, ਮੇਰਾ ਨਾਂ ਜਿਸ ਕਰਨਾ ਤੇਜ਼ੀ 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 ਵੀਰੇ ਨੇ ਲਿਖਿਆ ਗਾਣਾ ਯਾਰ, ਨਹੀਂ ਲਿਖਿਆ ਤਾਂ ਇਹਨੇ ਆ। ਚਾਹ ਪੀ ਲਓ, ਬਿਸਕੁਟ ਖਾ ਲਓ ਚਾਹ ਨਾ, ਤੂੰ ਖਾਧੇ ਬਿਸਕੁਟ ਜਿਹੜੇ ਆਟੇ ਵਾਲੇ ਘਰੇ ਬਣਾਏ ਹੁੰਦੇ, ਖਾਧੇ ਚਾਹ ਨਾ, ਸਾਡੇ ਡੁਬੋ ਕੇ ਬੜਾ ਸਵਾਦ ਹੁੰਦਾ ਖਾਣ ਦਾ, ਜਦੋਂ ਚਾਹ ਡਿੱਗ ਪੈਂਦਾ ਹੋ ਜਾਂਦਾ ਸਵਾਦ ਹੁੰਦਾ, ਉਹ ਫਿਰ ਤਾਂ ਗੜੀ ਘੁਲ ਜਾਂਦੀ ਭਰਾਵਾ। ਕਿੱਥੇ ਪਏ ਲੈ ਸੀ ਕਬੱਡੀ ਦਾ, ਮੈਂ ਵੀ ਬਥੇਰੀ ਕਬੱਡੀ ਖੇਡੀ ਵੇਟ 'ਚ, ਸੁੱਖ ਵੀ ਆ ਗਈ ਅੱਜ ਤੱਕ, ਐਤਕੀ ਤਾਂ ਕਹਿ ਸਕਦੇ ਹਾਂ ਨਾ, ਵੀਡੀਓ ਵੀ ਸੁੱਖ ਨੇ ਬਣਾਈ ਹੈ। ਰੋਕ ਲਾ ਥੋੜ੍ਹਾ ਜਿਹਾ, ਦੇਵੀ ਦੀ ਰਿਐਕਸ਼ਨ ਦੱਸ ਦਈਏ। ਇਹ ਪਿੱਛੇ ਝੂਠਾ ਵੀ ਲੱਗਾ ਪਿਆ, ਮੀਨਸ ਕਿ ਝੂਠੇ ਤਾਂ ਪਤਾ ਲੱਗਦਾ ਕਿ ਇੰਗਲੈਂਡ 'ਚ ਬਣੀ ਵੀਡੀਓ। ਨਹੀਂ ਨਹੀਂ ਲੰਡਨ 'ਚ ਆ, ਅਤੇ ਇੰਗਲੈਂਡ ਕਿੱਥੇ ਆ? ਠੀਕ ਹੈ ਠੀਕ, ਉਹ ਮਤਲਬ ਨਾ ਵੀਰੇ ਤੂੰ ਝੂਠ ਬੋਲ ਰਿਹਾ ਯਾਰ, ਮੈਂ ਕਿਉਂ ਝੂਠ ਬੋਲੂੰਗਾ ਯਾਰ, ਤੁਸੀਂ ਕਮੈਂਟ ਕਰਕੇ ਮਾੜਾ ਜਿਹਾ ਦੱਸਿਓ ਇੰਗਲੈਂਡ ਕੀ ਆ ਅਤੇ ਲੰਡਨ ਕੀ ਆ, ਇਸ ਕਾ ਕੁਛ ਨਹੀਂ ਹੋ ਸਕਦਾ, ਇਸ 'ਤੇ ਝੂਠਾ ਲੈਣਾ ਹਮਨੇ ਜਾ ਕੇ। ਸਤਿ ਸ਼੍ਰੀ ਅਕਾਲ, ਕਮੈਂਟ ਕੀ ਕਰਨਾ ਵੀਰੇ, ਆਪਾਂ ਰਿਐਕਸ਼ਨ ਵੀਡੀਓ ਕਰਤੀ ਆ, ਹੁਣੇ ਹੁਣੇ ਤੁਸੀਂ ਸੁਣ ਕੇ ਹਟੇ ਆ ਸੁਣ ਫਿਰ ਗਾਣਾ, ਅਤੇ ਅਸੀਂ ਕੀਤਾ ਰਿਐਕਸ਼ਨ,
ਦੱਸੋ ਸਾਨੂੰ ਕਿਦਾਂ ਲੱਗਾ ਗਾਣਾ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਸਾਨੂੰ ਤਾਂ ਵਧੀਆ ਲੱਗਾ ਇਹ ਗਾਣਾ ਬਾਕੀ ਤੁਸੀਂ ਸਾਡਾ ਰਿਐਕਸ਼ਨ ਦੱਸਿਓ ਵੀ ਤੁਹਾਨੂੰ ਕਿਦਾਂ ਦਾ ਲੱਗਾ ਇਹਦੀ ਇੱਕ ਖਾਸੀਅਤ ਕੀ ਇਹਦੀ ਹੁੱਕ ਲਾਈਨ ਹੈ ਨਹੀਂ ਕੋਈ ਵੀ ਨਾ ਲਿਰਿਕਸ ਵੀ ਨਾਲੇ ਇਕੱਲੀ ਇਕੱਲੀ ਲਾਈਨ ਹੁਣ ਫਿਰ ਗਾਣਾ ਲਾਈਕ ਜਿੱਦਾਂ ਜਿਹੜਾ ਟਾਈਟਲ ਦਿੱਤਾ ਉਹਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਉਹਨੇ ਸਿਰਫ ਆਪਣੀ ਗੱਲਾਂ ਨਾਲ ਸੁਣਾਇਆ ਵੀ ਹਾਂ ਤੂੰ ਮੇਰੀਆਂ ਗੱਲਾਂ ਸੁਣ ਗਾਣਾ ਜਿਵੇਂ ਹਾਂ ਗਾਣੇ ਦੀ ਹੁੱਕ ਲਾਈਨ ਕੋਈ ਨਹੀਂ ਬਾਕੀ ਲਿਰਿਕਸ ਵਾਲੇ ਸੋਹਣੇ ਆ ਤੇ ਵਧੀਆ ਲਿਖਦਾ ਖਾਣ ਪੈਣੀ ਵਾਲਾ ਸਿੱਧੂ ਮੂਸੇਵਾਲਾ ਪ੍ਰਮੋਟ ਨਹੀਂ ਕਰਨਾ ਆਪਾਂ ਖਾਣੇ ਖਾਣ ਪੀਣ ਦੀ ਰਿਐਕਸ਼ਨ ਕਰ ਰਹੇ ਹਾਂ ਨਹੀਂ ਆਪਾਂ ਥੋੜੇ ਦਿਨ ਬਾਅਦ ਉਹ ਵੀ ਬਣਾ ਦਾਂਗੇ ਬਾਕੀ ਲੋਕਾਂ ਨੇ ਕਹਿ ਦੇਣਾ ਕਮੈਂਟਾਂ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਵੀ ਨਹੀਂ ਬਸ ਅਗਲਾ ਗਾਣਾ ਜਿਹੜਾ ਸਿੱਧੂ ਦਾ ਆ ਗਿਆ ਫਿਰ ਆਪਾਂ ਉਹਤੇ ਰਿਐਕਸ਼ਨ ਵੀਡੀਓ ਕਰ ਦਾਂਗੇ ਨਵਾਂ ਜ਼ਰੂਰ ਤੇ ਹੱਸਦੇ ਰਹੋ ਦੇਖਦੇ ਰਹੋ ਕਨੈਕਟ ਐਫ ਐਮ ਬਸ ਠੀਕ ਹੈ ਮੁਸਕਰਾਤੇ ਰਹੋ ਔਰ ਹਮਾਰੇ ਹਮੇ ਜੋ ਆਪਣੇ ਆਸ ਪਾਸ ਸਫਾਈ ਰੱਖਣਾ ਐਂ ਕਹਿੰਦਾ ਨਾ ਕਪਿਲ ਦਾ ਬਸ ਐਂਡ ਚ ਆਪਣੇ ਹਾਂ ਐਂਡ ਹੀ ਆ ਆਪਣੇ ਆਸ ਪਾਸ ਸਫਾਈ ਰੱਖਣਾ ਆਪਣੇ ਮਾਂ ਬਾਪ ਕੋ ਤੰਗ ਮਤ ਕਰਨਾ ਚੱਲ ਰੋਣੇ ਲੱਗ ਪਿਆ ਰਹਿਣ ਦੇ ਰੋਣਾ ਇਹ ਬਾਤ ਸੁਣ ਕਰਨਾ ਚੱਲ ਠੀਕ ਆ ਓਕੇ ਮਿਲਦੇ ਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।